ਇੱਧਰ ਦੇ ਲੋਕਾਂ ਦੀ ਨਬਜ਼ ਕੀ ਕਹਿੰਦੀ ਹੈ ਜੋ ਹੈਗਾ ਦਲ ਬਦਲੀਆਂ ਦਾ ਸਮਾਂ ਚੱਲ ਰਿਹਾ ਜਿਹੜੇ ਮੇਨ ਬੰਦੇ ਆਏ ਉੱਧਰ ਇੱਧਰ ਆਈ ਜਾਂਦੇ ਇੱਧਰ ਉੱਧਰ ਜਾਈ ਜਾਂਦੇ ਪਏ ਵੀ ਹੁਣ ਜਿੱਦਾਂ ਸਿਆਸਤ ਦਾ ਮਾਹੌਲ ਚੱਲ ਰਿਹਾ ਰਾਤੀ ਸੌਂਦੇ ਕਿਹੜੀ ਮੰਜੀ ਦੇ ਨੇ ਉੱਠਦੇ ਕਿਹੜੀ ਮੰਜੀ ਦੋ ਨੇ ਚੋਣ 2024 ਜਲੰਧਰ ਲੋਕ ਸਭਾ ਦੀ ਕੀ ਹੈ ਲੋਕਾਂ ਦਾ ਮਿਜ਼ਾਜ ਕਿਸ ਤਰੀਕੇ ਦੇ ਨਾਲ ਆਪਣਾ ਉਹ ਵੋਟ ਪਾਉਣਗੇ ਅੱਜ ਗੱਲਬਾਤ ਕਰਾਂਗੇ ਇਸ ਜਿਹੜੀ ਤੁਹਾਨੂੰ ਰਿਪੋਰਟ ਦਿਖਾ ਰਹੇ ਹਾਂ ਲੋਕਾਂ ਦਾ ਕੀ ਹੈ ਮਿਜ਼ਾਜ ਕਿਸ ਤਰੀਕੇ ਦੇ ਨਾਲ ਇਸ ਵਕਤ ਕੀ ਹਾਲਾਤ ਨੇ ਜਲੰਧਰ ਦੇ ਕੀ ਮੁੱਦੇ ਰਹਿ ਰਹੇ ਨੇ ਇਸ ਵਕਤ ਅਸੀਂ ਮੌਜੂਦ ਹਾਂ ਫਗਵਾੜਾ ਗੇਟ ਦੀ ਇਲੈਕਟ੍ਰੋਨਿਕਸ ਦੇ ਵਿੱਚ ਮਾਰਕੀਟ ਦੇ ਵਿੱਚ ਜਿੱਥੇ ਇਸ ਵਕਤ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਤਿ ਸ਼੍ਰੀ ਅਕਾਲ ਭਾਅ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਬਲਜੀਤ ਸਿੰਘ ਆਲੂਵਾਲੀਆ ਪ੍ਰੈਜ਼ੀਡੈਂਟ ਇਲੈਕਟ੍ਰੋਨਿਕ ਮਾਰਕੀਟ ਫਗਵਾੜਾ ਗੇਟ 2024 ਦੀ ਲੋਕ ਸਭਾ ਦੀ ਚੋਣ ਕਿਵੇਂ ਦਾ ਰੁਝਾਨ ਇਸ ਵੇਲੇ ਬਣ ਰਿਹਾ ਮੂਡ ਕੀ ਬਣਾਇਆ ਵੇ ਇਲੈਕਟ੍ਰੋਨਿਕਸ ਦੀ ਮਾਰਕੀਟ ਨੇ ਦੇਖੋ ਜੀ ਪਹਿਲਾਂ ਤਾਂ ਆਪਾਂ ਨੂੰ ਥੋੜ੍ਹਾ ਜਿਹਾ ਇਹ ਨਹੀਂ ਸਮਝ ਲੱਗ ਰਿਹਾ ਇੱਦਾਂ ਲੱਗ ਰਿਹਾ ਜਿੱਦਾਂ IPL ਮੈਚ ਨਹੀਂ ਹੁੰਦਾ ਕਿ ਅੱਗੇ ਲੱਗਦਾ ਹੁੰਦਾ ਸੀ ਬਾਹਰ ਦੀਆਂ ਕੰਟਰੀਆਂ ਨਾਲ ਮੈਚ ਕਿ ਵੀ ਪਾਕਿਸਤਾਨ ਨਾਲ ਲੱਗਿਆ ਵੈਸਟ ਇੰਡੀਜ਼ ਨਾਲ ਲੱਗਿਆ ਅਤੇ ਸਾਨੂੰ ਮਜ਼ਾ ਆਉਂਦਾ ਸੀ ਮੈਚ ਦੇਖਣ ਦਾ ਹੁਣ ਉਹੀ ਖਿਡਾਰੀ ਜਿਹੜੇ ਹੁੰਦੇ ਨੇ ਆਪਣੇ ਦੇਸ਼ ਦੇ ਹੁੰਦੇ ਨੇ ਅਤੇ ਬਾਹਰ ਦੇ ਦੇਸ਼ਾਂ ਦੇ ਵੀ ਹੁੰਦੇ ਉਹ ਫਰੈਂਡਲੀ ਮੈਚ ਖੇਡਦੇ ਨੇ ਅਤੇ ਹੁਣ ਜਿਹੜਾ ਸਿਆਸਤ ਉਹ ਵੀ ਇੱਦਾਂ ਹੀ ਦੇਖਣ ਨੂੰ ਮਿਲ ਰਹੀ ਹੈ ਹੁਣ ਫਰਜ਼ ਕਰੋ ਅਸੀਂ ਕਿਸੇ ਨੂੰ ਵੋਟ ਪਾਉਂਦੇ ਹਾਂ ਉਹ ਬੰਦਾ 5 ਸਾਲ ਬਾਅਦ ਕਿਹੜੇ ਪਾਸੇ ਰਹਿਣਾ ਜਾਂ 2 ਸਾਲ ਬਾਅਦ ਕਿਹੜੇ ਪਾਸੇ ਰਹਿਣਾ ਸਾਨੂੰ ਇਸ ਚੀਜ਼ ਦੀ ਜਨਤਾ ਨਾਲ ਕਨਫਿਊਜ਼ਨ 'ਚ ਹੈ ਅਤੇ ਐਤਕੀ ਵੀ ਜਨਤਾ ਵੀ ਆਨੰਦ ਲੈਣ ਦੇ ਮੂਡ 'ਚ ਹੈਗੀ ਹੈ ਆਮ ਤੌਰ 'ਤੇ ਦੇਖਿਆ ਗਿਆ ਜਿਹੜੇ ਜਿੰਨੇ ਵੀ ਨੇਤਾ ਲੋਕ ਨੇ ਇਹ ਵਪਾਰੀਆਂ ਦਾ ਫਾਇਦਾ ਹੀ ਲੈਂਦੇ ਆ ਵਪਾਰੀਆਂ ਨੂੰ ਫਾਇਦਾ ਘੱਟ ਦਿੰਦੇ ਆ ਇੱਥੇ ਹੋਰ ਵੀ ਭਾਈ ਸਾਹਿਬ ਬੈਠੇ ਨੇ 2024 ਦੀਆਂ ਚੋਣਾਂ ਕਿਵੇਂ ਦੀ ਤਿਆਰੀ ਮੌਜੂਦਾ ਸਮੇਂ ਜੋ ਹਾਲਾਤ ਬਣੇ ਨੇ ਫਸਟ ਰਿਐਕਸ਼ਨ ਜਾਣਨਾ ਚਾਹਾਂਗਾ ਦੇਖੋ ਜੀ ਜਿਹੜੇ ਤੇ ਹਾਲਾਤ ਬਣੇ ਨੇ ਜੇ ਆਪਾਂ ਜਲੰਧਰ ਸੀਟ ਦੀ ਗੱਲ ਕਰੀਏ ਜਲੰਧਰ ਸੀਟ ਦੇ ਵਿੱਚ ਮੇਨ ਹੋਣਾ ਬਣਿਆ ਕਾਂਗਰਸ ਵਰਸਿਸ ਕਾਂਗਰਸ ਜਿਹੜੇ ਰਿੰਕੂ ਸੀਗੇ ਠੀਕ ਆ ਇੱਥੋਂ MC ਰਹੇ ਆ MP ਰਹੇ ਠੀਕ ਆ ਫਿਰ ਨਹੀਂ ਪਹਿਲਾਂ MC ਰਹੇ ਨੇ ਕਾਂਗਰਸ ਵੱਲੋਂ ਫਿਰ MLA ਬਣੇ ਕਾਂਗਰਸ ਵੱਲੋਂ ਠੀਕ ਹੈ ਸ਼ੁਰੂਆਤ ਹੋਈ ਕਾਂਗਰਸ ਵੱਲੋਂ ਠੀਕ ਹੈ ਉਦੋਂ ਬਾਅਦ ਚੱਲ ਗਏ ਝਾੜੂ 'ਚ ਝਾੜੂ ਤੋਂ ਬਾਅਦ ਹੁਣ ਚੱਲ ਕੇ ਸਾਲ ਵੀ ਨਹੀਂ ਹੋਇਆ ਜੇ ਆਪਾਂ ਕਹੀਏ ਮਈ 'ਚ ਵੀ ਸਾਲ ਹੋਣਾ ਨਾ ਸਾਲ ਮਈ 'ਚ ਹੋਣਾ ਆ 6 ਮਹੀਨੇ ਪਹਿਲਾਂ ਹੀ ਝਾੜੂ ਛੱਡ ਕੇ ਅਤੇ BJP ਦਾ ਪੱਲਾ ਫੜ ਲਿਆ ਇਹ ਜਿਹੜੇ ਲੀਡਰ ਨਾ ਦਲ ਬਦਲੀ ਕਰਦੇ ਆ ਇਹ ਸਿਰਫ ਆਪਦੀ ਸੱਤਾ ਕਾਇਮ ਰੱਖਣਾ ਚਾਹੁੰਦੇ ਨੇ ਇਹ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਵੀ ਤੁਸੀਂ ਲੀਡਰ ਦੇਖੋ ਆਪਦਾ ਤੁਹਾਡਾ ਕਿਹੜਾ ਵਧੀਆ ਆ ਅਸੀਂ ਤਲਨ ਸਾਨੂੰ ਹਲਕਾ ਪੈਂਦਾ ਆਦਮਪੁਰ ਸੋ ਜਿਵੇਂ ਉਹਨਾਂ ਨੇ ਗੱਲ ਕੀਤੀ ਮੇਨ ਚੀਜ਼ ਇਹੀ ਆ ਕਿ ਜੋ ਹੈਗਾ ਦਲ ਬਦਲੀਆਂ ਦਾ ਸਮਾਂ ਚੱਲ ਰਿਹਾ ਇਹ ਚੀਜ਼ ਬਹੁਤ ਮਾੜੀ ਆ ਉਹ ਇਹ ਨਹੀਂ ਦੇਖਦੇ ਕਿ ਉਹ ਬੰਦਾ ਜਿਹੜਾ ਨਾਲ ਜੁੜਿਆ ਹੋਇਆ ਅਗਲੇ ਦੀ ਕਿੰਨੇ ਜਗ੍ਹਾ ਵੈਰ ਪੈਣਾ ਸਾਰਾ ਕੁਛ ਹੋਣਾ ਉਹਨਾਂ ਨੂੰ ਇਹ ਚੀਜ਼ ਨਹੀਂ ਕਰਨੀ ਚਾਹੀਦੀ ਆਪਣੇ ਬੈਨੀਫਿਟ ਦੇ ਲਈ ਜੇ ਤੁਸੀਂ ਕਿਸੇ ਨਾਲ ਜੁੜੇ ਹੋ ਤਾਂ ਅੜ ਕੇ ਜੁੜੇ ਰਹੋ ਲਾ ਰੱਖੇ ਨੇ 24-24 42-42 ਇੰਚ ਦੇ ਪ੍ਰਚਾਰ ਕਿਹੜੀ ਪਾਰਟੀ ਦਾ ਕਰ ਰਹੇ ਹੋ ਇਸ ਵਕਤ ਕੀ ਮੂਡ ਬਣਾਇਆ ਪ੍ਰਚਾਰ ਭਾਅ ਜੀ ਵੈਸੇ ਪਾਰਟੀਆਂ ਦਾ ਹੱਦ ਹੀ ਕਰਤੀ ਹੈ ਮਤਲਬ ਇੰਨੇ ਕਰਪਟ ਲੋਕ ਦੇਖ ਕੇ ਹੈਰਾਨ ਆ ਕਿ ਸਪੋਜ਼ ਕਰ ਲਓ ਅਸੀਂ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਹੋਵੇ ਅਤੇ ਉਹ ਬੰਦਾ ਉੱਡ ਕੇ BJP 'ਚ ਚਲਾ ਜਾਵੇ ਅਤੇ ਬੰਦਾ ਤਾਂ ਇਹੀ ਸੋਚੇਗਾ ਨਾ ਫਿਰ ਮੈਂ ਆਮ ਆਦਮੀ ਨੂੰ ਥੋੜ੍ਹੀ ਪਾਈ ਵੋਟ ਤਾਂ BJP ਨੂੰ ਪਾਤੀ ਮੈਂ ਮਤਲਬ ਉਹਨੇ ਸਾਡੇ ਨਾਲ ਵਿਸ਼ਵਾਸਘਾਤ ਕੀਤਾ ਅਤੇ ਇੱਦਾਂ ਇੱਕ ਨੇ ਨਹੀਂ ਕੀਤਾ ਸਭ ਨੇ ਇੱਕ ਦੂਜੇ ਨਾਲ ਕੀਤਾ ਕਾਂਗਰਸ ਦੇ ਬੰਦਿਆਂ ਨੇ ਵੀ ਕੀਤਾ BJP ਦੇ ਨੇ ਵੀ ਕੀਤਾ ਆਮ ਆਦਮੀ ਪਾਰਟੀ ਨੇ ਵੀ ਕੀਤਾ ਦੇਖੋ ਸਿੱਖ ਵੋਟ ਆਮ ਆਦਮੀ ਪਾਰਟੀ ਨੂੰ ਸਿੱਖ ਵੋਟ ਜ਼ਿਆਦਾ ਪਈ ਸੀ ਪਰ ਉਹਨਾਂ ਨੇ ਉਲਟਾ ਹੀ ਕੰਮ ਮਤਲਬ ਉਹਨਾਂ ਨੇ ਜਿਹੜਾ ਪ੍ਰਮੋਟ ਕਰਨ ਦੀ ਬਜਾਏ ਸਿੱਖਾਂ ਦੇ ਉੱਤੇ ਹੀ ਧੱਕਾ ਕੀਤਾ ਹੋਇਆ ਜਲੰਧਰ ਇਸ ਵੇਲੇ ਲੱਗਦਾ ਹੈ ਕਿ ਤਿਆਰ ਆ ਪੂਰੀ ਵੋਟਿੰਗ ਬਿਲਕੁਲ ਜੀ ਵੋਟਾਂ ਦਾ ਕੋਈ ਫਾਇਦਾ ਨਹੀਂ ਹੈਗਾ ਸਾਡੇ ਕੰਮ ਕਰ ਤਾਂ ਹੈ ਨਹੀਂ ਬੁਰੇ ਹਾਲ ਹੋਏ ਪਏ ਨੇ
ਤੇ ਅਸੀਂ ਤਾਂ ਇਸ ਕੋਈ ਇੰਟਰਸਟ ਨਹੀਂ ਲੈਣਾ ਚਾਹੁੰਦੇ ਵੋਟਾਂ 'ਚ। ਕਾਰਨ ਕੀ ਹੈ? ਦਲ ਬਦਲੀਆਂ ਦਾ ਦੌਰ ਦਾਰਾ ਚੱਲਦਾ ਪੈ ਗਿਆ, ਕੋਈ ਆਮ ਬੰਦੇ ਦੀ ਸੁਣਵਾਈ ਨਹੀਂ ਹੈ, ਤਾਂ ਕਰਕੇ ਇਹ ਇੰਨੀ ਸਟੇਟਮੈਂਟ। ਇਹ ਭਾਜੀ ਦਲ ਬਦਲੀਆਂ ਦਾ ਚੱਲਦਾ ਪਿਆ, ਇਹਦਾ ਕੋਈ ਸਾਨੂੰ ਮਤਲਬ ਕਿ ਕੋਈ ਫਾਇਦਾ ਨਹੀਂ ਤਾਂ ਨਜ਼ਰ ਆ ਰਿਹਾ। ਸਾਨੂੰ ਤਾਂ ਆਪਣੇ ਰੋਡ ਦੋ ਫੁਲਕੇ ਖਾਣੇ ਆ, ਬਸ ਉਹਨਾਂ ਹੀ ਸਾਨੂੰ ਫਿਕਰ ਪਿਆ ਆ। 2024 ਦੀਆਂ ਚੋਣਾਂ ਵੇਖਦੇ ਪਿਓ, ਜੋ ਇਸ ਵੇਲੇ ਮਾਹੌਲ ਬਣਿਆ, ਕੀ ਇਸ ਵਕਤ ਲੱਗਦਾ ਕਿ ਜਨਤਾ ਦੀ ਆਵਾਜ਼ ਕੀ ਕਹਿੰਦੀ ਹੈ? ਜਨਤਾ ਇਹ ਜਨਤਾ ਇਸ ਟਾਈਮ ਪਰੇਸ਼ਾਨ ਹੀ ਬਹੁਤ ਹੈ, ਉਹਨਾਂ ਨੂੰ ਪਤਾ ਨਹੀਂ ਲੱਗਦਾ ਪਿਆ ਵੋਟ ਪਾਣੀ ਕਿਹਨੂੰ ਆਪਾਂ ਇਸ ਟਾਈਮ। ਜਿਹੜੇ ਮੇਨ ਬੰਦੇ ਆਏ ਉੱਧਰ ਇੱਧਰ ਆਈ ਜਾਂਦੇ, ਇੱਧਰ ਉੱਧਰ ਜਾਈ ਜਾਂਦੇ ਪਏ ਨੇ, ਫਾਇਦਾ ਹੀ ਨਹੀਂ ਹੈਗਾ ਵੋਟ ਪਾਉਣ ਦਾ ਕਿਸੇ ਨੂੰ ਵੀ, ਕਿਉਂਕਿ ਜੋ ਇੱਥੋਂ ਦਾ ਮਾਹੌਲ ਹੋਇਆ ਪਿਆ, ਬਦਮਾਸ਼ੀ ਇੰਨੀ ਵੱਧ ਗਈ ਹੈ, ਕੋਈ ਬੰਦਾ ਆਪਣੇ ਘਰ ਨਹੀਂ ਜਾ ਸਕਦਾ ਸਹੀ ਸਲਾਮਤ। ਇੱਥੇ ਪਤਾ ਨਹੀਂ ਜਦੋਂ ਰਾਜ ਲੁੱਟਮਾਰ ਹੋ ਜਾਣੀ ਹੈ, ਨਾ ਜੇਬ 'ਚ ਪੈਸੇ ਰੱਖ ਸਕਦੇ ਆਪਾਂ। ਸਾਰੀ ਵਾਰ ਗੋ ਇਸ ਚੀਜ਼ ਤੋਂ ਤਾਂ ਖਾਸੇ ਪਰੇਸ਼ਾਨ ਵੀ ਹੋ ਤੁਹਾਡੇ ਬਾਜ਼ਾਰ ਦੀ? ਬਹੁਤ ਪਰੇਸ਼ਾਨ ਆ ਬਾਈ, ਆਪਾਂ ਬਾਜ਼ਾਰ 'ਚ ਗਾਹਕ ਨਹੀਂ ਆਉਂਦਾ ਪਿਆ। ਉਹਦੀ ਕੀ ਮੇਨ ਭਾਈ ਸਰ, ਰਾਜਨੀਤੀਆਂ ਜਿਹੜੀਆਂ ਇੱਕ ਦੂਜੇ ਨਾਲ ਬਸ ਚੱਲਦੀਆਂ ਪਈਆਂ, ਬਾਹਰੋਂ ਗਾਹਕ ਨਹੀਂ ਆ ਰਿਹਾ, ਇਸ ਟਾਈਮ ਫੋਨ ਨਾਲ ਜਾ ਪਰੇਸ਼ਾਨ ਹੀ ਬਹੁਤ ਲੋਕੀ। ਮੁੱਦੇ ਮੈਂ ਜਾਣਨਾ ਚਾਹਾਂਗਾ ਕਿ ਤੁਹਾਡੀ ਨਿਗਾਹ ਦੇ ਵਿੱਚ ਜਲੰਧਰ ਦੇ ਮੇਨ ਮੁੱਦੇ ਹੋਣੇ ਕੀ ਚਾਹੀਦੇ ਨੇ? ਬਾਜ਼ਾਰ 'ਚ ਕਾਫੀ ਚਿਰਾਂ ਤੋਂ ਵਿਚਰਦੇ ਪਏ ਹੋ। ਬਾਜ਼ਾਰ ਦੇ ਇੰਨੇ ਮੁੱਦੇ ਨੇ ਨਾ, ਕੋਈ ਟ੍ਰੈਫਿਕ ਦਾ ਕੰਟਰੋਲ ਨਹੀਂ, ਕਿਸੇ ਚੀਜ਼ ਦਾ ਕੰਟਰੋਲ ਨਹੀਂ, ਕੋਈ ਸਫਾਈ ਨਹੀਂ, ਕੋਈ ਕੁਛ ਨਹੀਂ। ਔਰ ਇੱਥੋਂ ਜਿਹਦੇ ਕੋਲ ਵੀ ਜਾਈਏ ਉਹ ਸਾਰੇ ਹਾਂਜੀ ਹਾਂਜੀ ਕਰ ਦਿੰਦੇ ਨੇ, ਲੇਕਿਨ ਜਵਾਬ ਵੀ ਨਹੀਂ ਦਿੰਦੇ ਅਤੇ ਕੰਮ ਵੀ ਨਹੀਂ ਕਰਦੇ। ਆਮ ਬੰਦੇ 'ਤੇ ਕੀ ਅਸਰ ਇਹਦਾ? ਆਮ ਬੰਦਾ ਤਾਂ ਆਮ ਬੰਦੇ ਦੀ ਕੀ ਵੈਲਿਊ, ਸਾਡੇ ਇਹਨਾਂ ਲੀਡਰਾਂ ਦੀ ਵੈਲਿਊ ਕੋਈ ਨਹੀਂ, ਆਮ ਬੰਦੇ ਦੀ ਕੀ ਵੈਲਿਊ ਹੋਏਗੀ? ਸਰਦਾਰ ਸਾਹਿਬ ਬੈਠੇ ਨੇ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ? ਮਨੋਜ ਸਿੰਘ। ਮਨੋਜ ਜੀ, 2024 ਦੀਆਂ ਚੋਣਾਂ, ਸਰਦਾਰ ਸਾਹਿਬ ਨੇ ਬੜੇ ਤਿੱਖੇ ਸ਼ਬਦਾਂ ਦੇ ਵਿੱਚ ਇਸ ਗੱਲ ਦੀ ਨਿਖੇਧੀ ਕੀਤੀ ਹੈ ਕਿ ਦਲ ਬਦਲੀਆਂ ਦਾ ਜੋ ਦੌਰ ਹੈ ਮੈਂ ਕਦੀ ਵੇਖਿਆ ਨਹੀਂ, ਬਹੁਤ ਮੁਸ਼ਕਿਲ ਦੀ ਸਿਆਸਤ ਜਿਹੜੀ ਹੈ ਨਾ ਇੱਥੇ ਸਾਡੇ ਹੈਗੀ ਸਭ ਤੋਂ ਗੰਦੀ, ਕੋਈ ਇਹੋ ਜਿਹੀ ਦੇਖੀ ਨਹੀਂ ਕਦੀ ਜਿਹੋ ਜਿਹੀ ਆ ਗਈ। ਕੁਰਸੀ ਪਿੱਛੇ ਸਭ, ਨਾ ਕਿਸੇ ਨੂੰ ਦੇਸ਼ ਨਾਲ, ਨਾ ਕਿਸੇ ਨੂੰ ਕੌਮ ਨਾਲ, ਨਾ ਕਿਸੇ ਨੂੰ ਮਜ਼ਹਬ ਨਾਲ, ਸਿਰਫ ਕੁਰਸੀ ਚਾਹੀਦੀ ਹੈ। ਉਹ ਕਹਿੰਦੇ ਜੀ 25 ਕਰੋੜ ਮਿਲ ਗਿਆ ਜੀ, ਉਹ ਕਹਿੰਦਾ ਫਲਾਣਾ ਇੰਨਾ ਮਿਲ ਗਿਆ ਜੀ, ਕੀ ਹੈਗਾ ਦਲ ਬਦਲੂ ਹੈਗਾ, ਇਹ ਸਾਡੇ ਲੋਕਾਂ ਨੂੰ ਬੇਵਕੂਫ਼ ਬਣਾਈ ਜਾਂਦੇ ਨੇ। ਲੰਮੇ ਸਮੇਂ ਤੋਂ ਜਲੰਧਰ 'ਚ ਹੀ ਹੋ ਤੁਸੀਂ? ਬਿਲਕੁਲ ਜੀ। ਜਲੰਧਰ ਦੇ ਮੁੱਦੇ, ਚਾਰ ਮੁੱਦੇ ਮੈਂ ਤੁਹਾਡੇ ਕੋਲ ਜਾਣਨਾ ਚਾਹਾਂਗਾ ਕਿ ਜਿਹੜੇ ਤੁਹਾਡੀ ਨਜ਼ਰ ਦੇ ਵਿੱਚ ਟਸ ਤੋਂ ਮਸ ਨਹੀਂ ਹੋਏ, ਜਿਨ੍ਹਾਂ 'ਤੇ ਕੰਮ ਹੋਣਾ ਚਾਹੀਦਾ ਸੀਗਾ, ਕਿਹੜੇ ਉਹ ਚਾਰ ਮੁੱਦੇ ਨੇ? ਚਾਰ ਮੁੱਦੇ ਭਾਅ ਜੀ, ਇੱਥੇ ਤਾਂ ਇੱਕ ਤਾਂ ਦੇਖੋ ਸ਼ਹਿਰ ਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਨਸ਼ਾ, ਅੱਛਾ ਨਸ਼ਾ, ਸੜਕਾਂ, ਲੁੱਟ ਖੋ ਅਤੇ ਬਾਕੀ ਹੋਰ ਤੁਹਾਨੂੰ ਪਤਾ ਹੀ ਹੈ ਜੋ ਕੁਝ ਹੈਗਾ, ਜੋ ਹਾਲਾਤ ਇੱਥੇ, ਉਹ ਜਿੰਨੀਆਂ ਵੀ ਸਰਕਾਰਾਂ ਪਹਿਲਾਂ ਗਈਆਂ, ਅੜੀਆ ਹੁਣ ਸਰਕਾਰ ਆਈ ਹੈ ਨਾ, ਇਹ ਸਭ ਤੋਂ ਜ਼ਿਆਦਾ ਹੁਣ ਹੋ ਗਿਆ। ਮਾਤਾ ਜੀ, ਤੁਸੀਂ ਵੀ ਬਾਹਰੋਂ ਹੀ ਆਏ ਹੋ ਕਿ ਜਲੰਧਰ ਤੋਂ ਹੋ ਤੁਸੀਂ? ਜਲੰਧਰ ਤੋਂ ਹੀ ਜੀ। ਤੁਸੀਂ ਜਲੰਧਰ ਤੋਂ ਹੀ ਹੋ? ਹਾਂਜੀ। ਵੋਟ ਪਾਉਂਦੇ ਹੋ ਹਰ ਸਾਲ? ਹਾਂਜੀ ਹਾਂਜੀ। ਇਸ ਵਾਰ ਜਿਹੜਾ ਕਿ ਰੁਝਾਨ ਤੁਹਾਡਾ, ਉਹ ਕੀ ਕਹਿੰਦਾ, ਕਿਹਨੂੰ ਵੋਟ ਪਾਉਂਦੇ? ਇੰਨਾ ਨਹੀਂ ਮਾਲੂਮ ਵੋਟ ਆ, ਬਾਕੀ ਇਹ ਹੈ ਆ ਹੁਣ ਭਗਵੰਤ ਮਾਨ ਬਣਿਆ ਜਿੱਦਾਂ ਸੀ ਉਹਨੂੰ ਅਸੀਂ ਦੇਦੇ ਹਾਂ, ਅਤੇ ਬਾਕੀ ਹੋਰ ਜਿਹੜੇ ਦਾ ਵੀ ਕਹਿਣਾ ਵੀ ਜਿਹੜਾ ਸਾਰੇ ਕੰਮ ਕਰਾਵੇ, ਹੈ ਨਾ, ਉਸ ਵਾਸਤੇ ਹੀ ਅਸੀਂ ਖੜੇ। ਹਾਂਜੀ। ਇੱਕ ਮੇਰਾ ਅਖੀਰਲਾ ਸਵਾਲ ਹੈ ਕਿ ਅਸਲ ਕੰਮ ਕਿਹੜੇ ਹੋਣੇ ਚਾਹੀਦੇ ਨੇ, ਜੋ ਸਮਝਦੇ ਹੋ ਕਿ ਲੰਮਾ ਸਮਾਂ ਤੁਹਾਨੂੰ ਹੈ? ਲੇਡੀ ਵਾਸਤੇ ਸਾਰੀਆਂ ਸਹੂਲਤਾਂ ਹੋਣੀ ਚਾਹੀਦੀਆਂ, ਹੈ ਨਾ, ਕੁੜੀਆਂ ਵਾਸਤੇ, ਮੁੰਡਿਆਂ ਵਾਸਤੇ, ਹਰ ਕੰਮ ਕਹਿੰਦੇ ਚੰਗਾ ਹੋਵੇ। ਵੀ ਜਿਸ ਤਰੀਕੇ ਦੇ ਨਾਲ ਚੋਣਾਂ 'ਚ ਕੀਤੇ ਜਾਂਦੇ ਨੇ, 1,000 ਰੁਪਈਏ ਆਉਂਦਾ ਮਹੀਨੇ ਦਾ, ਤੁਹਾਨੂੰ ਯਾਦ ਹੋਏਗਾ ਵਾਅਦਾ ਕੋਈ ਜਿਹੜਾ ਸਰਕਾਰ? ਸਾਡੇ ਆਇਆ ਹੀ ਨਹੀਂ ਹੈਗਾ, ਸਾਡੇ ਕੋਲ ਸੀਗਾ ਵੋਟ ਇਸੇ ਚੀਜ਼ 'ਤੇ। ਹਾਂਜੀ ਹਾਂ, ਵਾਅਦੇ ਨਾ ਪੂਰੇ ਹੋਣੇ, ਹੁਣ ਅਸੀਂ ਇੰਨਾ ਬਹੁਤਾ ਕੀਤਾ ਹੀ ਨਹੀਂ, ਅਸੀਂ ਚਲੋ ਕਹਿੰਦੇ ਸੀਗੇ ਇਹਨਾਂ ਨੇ ਕਰਵਾਉਣਾ, ਜਿਹੜਾ ਕੀ ਨਾਂ ਸੀ ਉਹ, ਜਿਹੜਾ ਮੈਂ ਨਾ ਹੀ ਭੁੱਲ ਗਿਆ, ਜਿਹੜਾ ਸੀਗਾ 1,000 ਰੁਪਏ ਦੇਣ ਵਾਲਾ, ਉਹਦਾ ਕੋਈ ਹੋਇਆ ਹੀ ਨਹੀਂ ਸਾਡੇ ਕੋਲ, ਧਿਆਨ ਹੀ ਨਹੀਂ ਦਿੰਦੇ ਉਸ ਗੱਲਾਂ ਦੇ ਉੱਤੇ। ਹਾਂਜੀ, ਮਤਲਬ ਨਹੀਂ ਕੋਈ। 2024 ਦੀਆਂ ਚੋਣਾਂ, ਮਾਹੌਲ ਪੂਰਾ ਭੱਖ ਚੁੱਕਿਆ ਵੈ, ਕਿਵੇਂ ਵੇਖਦੇ ਪਏ ਹੋ ਕਿ ਕਿਵੇਂ ਦੀ ਤਿਆਰੀ? ਮੈਨੂੰ ਤਾਂ ਕੋਈ ਸਰਕਾਰ ਪਸੰਦ ਨਹੀਂ,
ਕੋਈ ਕੋਈ ਦਾਣੇ ਕਰ ਦਿੰਦਾ ਆ ਜੀ ਫ੍ਰੀ 'ਚ, ਤਾਂ ਕੋਈ ਬੱਸਾਂ ਦਾ ਕਿਰਾਇਆ ਕਰਦਾ, ਤਾਂ ਉੱਥੇ ਬੁੜੀਆਂ ਝਾਟੇ ਪੱਟਦੀਆਂ ਇੱਕ ਦੂਜੀ ਦੇ। ਬਿਲਕੁਲ ਗੱਲ ਠੀਕ। ਹਾਂ ਉਦੋਂ ਆਪਣਾ ਮਹਿੰਗਾਈ ਘਟਾਉਣ, ਫ੍ਰੀ ਦੇਣ ਦਾ ਕੋਈ ਮਤਲਬ ਨਹੀਂ ਹੈਗਾ ਜਿਹੜੀ ਗੱਲ ਬਣਦੀ ਹੈ ਨਾ। ਉਹ ਇੱਕ ਬੰਨੇ ਇੱਧਰੋਂ ਦਾਣੇ ਫ੍ਰੀ ਦੇ ਗਏ ਤਾਂ ਪੈਟਰੋਲ ਉਦੋਂ ਚੱਕ ਦਿੰਦੇ, ਡੀਜ਼ਲ ਉਦੋਂ ਚੱਕ ਦਿੰਦੇ, ਜੱਟ ਕੀ ਕਾਰਨ ਫਿਰ ਹੈ ਨਾ। ਕਿਹੜੇ ਸਰਕਾਰਾਂ ਨੂੰ ਖੰਡ ਨੂੰ ਚੌਲਾਂ ਨੂੰ ਹੱਥ ਪੈਂਦਾ, ਸਾਬਕਾ ਸਿੰਘ ਨੂੰ ਤੱਗ, ਸਾਬਕਾ ਸਿੰਘ ਨੂੰ ਤੱਗ ਲਾਈ ਪਈ ਹੈ। ਤੇ ਸਰਕਾਰਾਂ ਵੱਲੋਂ ਦਾਅਵੇ ਵੀ ਬਹੁਤ ਨੇ ਬਿਜਲੀ ਦੇ ਬਿੱਲ, ਜੀਰੋ ਨੇ ਵੋਟਾਂ ਪੈਣੀਆਂ ਹੀ ਉਸੇ ਸਿਰ ਨੂੰ ਹੈ। ਬਿਜਲੀ ਦੇ ਬਿੱਲ ਵੀ ਕੀ ਕਰਨੇ ਆ, ਜੇ ਇੱਕ ਜੂੰਟ ਉੱਤੇ ਹੋ ਗਈ ਤਾਂ ਸਾਰਾ ਲੈ ਲੈਣਾ, ਕਿੱਡੇ ਪਲੈਨ ਬਣਾਉਂਦੇ ਆ। ਇੱਦੋਂ ਤਾਂ 600 ਜੂੰਟ ਮਾਫ ਆ, ਤਾਂ ਉੱਪਰਲੇ ਬਿੱਲ ਲੈਣ ਕੁਛ ਤਾਂ ਕਰਨ ਵਧੀਆ ਤਰੀਕੇ ਨਾਲ। ਹਾਂ ਬਲਕਿ ਤੁਸੀਂ ਕਹਿੰਦੇ ਹੋ ਕਿ ਫ੍ਰੀ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਕਿ ਇਹ ਨਹੀਂ ਹੋਣੀਆਂ, ਨਹੀਂ ਹੋਣੀਆਂ ਚਾਹੀਦੀਆਂ। 1000 ਰੁਪਈਆ ਆ ਗਿਆ ਖਾਤੇ ਦੇ ਵਿੱਚ ਜੋ ਨਾ, ਸਾਨੂੰ ਤਾਂ ਕੋਈ ਨਹੀਂ ਆਇਆ, ਵੇਖ ਕੇ ਵੋਟ ਪਾਓ। ਨਹੀਂ ਨਹੀਂ, ਅਸੀਂ ਆਪਣੇ ਸੋਚ ਸਮਝ ਕੇ ਉੱਧਰ ਅੰਮ੍ਰਿਤਪਾਲ ਸਿੰਘ ਨੂੰ ਕੀਤਾ ਆ, ਉੱਥੇ ਵਿਚਾਰੇ ਨੂੰ ਕਹਿ ਦਿਓ ਉਹਦਾ ਕਸੂਰ ਦੱਸਣ ਕੀ ਸੀ। ਇੱਥੇ ਨਿੱਤ ਨਿੱਤ ਕਤਲੇਆਮ ਹੋਣ ਡਿਆ, ਕੋਈ ਕਈ ਕੁਛ ਸਰਕਾਰਾਂ ਕਰੀ ਜਾਂਦੀਆਂ ਹਨ। ਇੱਕ ਮੇਰਾ ਹੋਰ ਮੈਮ ਅਹਿਮ ਸਵਾਲ ਹੈ ਕਿ ਲੋਕ ਹਰੇਕ ਮੁੱਦੇ ਨੂੰ ਜਿਹੜਾ ਕਿ ਜਾਣਦੇ ਨੇ, ਤੁਸੀਂ ਅੰਮ੍ਰਿਤਪਾਲ ਹੋਰਾਂ ਦਾ ਜ਼ਿਕਰ ਕੀਤਾ, NSA ਲਾਇਆ ਉਹਨਾਂ ਨੂੰ, ਉੱਥੇ ਭੇਜਿਆ ਗਿਆ ਵੈ, ਇਹ ਸਾਰੇ ਜੋ ਮੁੱਦੇ ਨੇ ਜਿਸ ਤਰੀਕੇ ਨਾਲ ਸਰਕਾਰਾਂ ਦੇ ਵਤੀਰੇ ਰਹੇ ਨੇ, ਲੋਕ ਇਹਦਾ ਵੀ ਜਿਹੜਾ ਕਿ ਵੋਟ ਵੇਖ ਕੇ ਪਾਉਣਗੇ? ਸਾਰੀਆਂ ਚੀਜ਼ਾਂ ਪਾਉਣਗੇ ਜਿਹੜੇ ਤਾਂ ਹੁਣ ਉਹਨੂੰ ਚਾਹੁਣ ਵਾਲੇ ਜਾਂ ਗੁਰਸਿੱਖੀ ਨਾਲ ਜੁੜੇ ਹੋਏ ਆ, ਜੋ ਵੀ ਆ ਉਹ ਤਾਂ ਇਹ ਚੀਜ਼ਾਂ ਦੇਖਣਗੇ, ਕਿਉਂ ਹਰ ਵਾਰੀ ਥੋੜ੍ਹੋ ਅਗਲੇ ਤਸ਼ੱਦਦ ਚੱਲਣਗੇ, ਹੈ ਨਾ। ਇਹ ਕਰਨਾ ਇਸ ਵਕਤ ਮੇਰੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ KP ਮੌਜੂਦ ਨੇ। KP ਸਾਹਿਬ, ਤਿਆਰੀ ਕਿਵੇਂ ਦੀ ਚੱਲ ਰਹੀ ਹੈ? ਮੁੱਦੇ ਇਹੋ ਜਿਹੇ ਕਿਹੜੇ ਪਛਾਣ 'ਚ ਆਏ ਨੇ ਕਿ ਜਿੱਥੋਂ ਜਲੰਧਰ ਬਹੀ ਬੜੇ ਦਿਨਾਂ ਤੋਂ ਜਾਂ ਬਹੁਤ ਦੇਰ ਤੋਂ ਪਿੱਛੇ ਚੱਲਦਾ ਆ ਰਿਹਾ ਕਿ ਜੋ ਇਸ ਵਾਰ ਪ੍ਰਾਇਓਰਿਟੀ 'ਤੇ ਹੋਣੇ ਚਾਹੀਦੇ? ਦੇਖੋ, ਜਲੰਧਰ ਸ਼ਹਿਰ ਬੜਾ ਪੰਜਾਬ ਦਾ ਇਤਿਹਾਸਿਕ ਸ਼ਹਿਰ ਹੈ, ਤੁਰਾ ਹੈ ਪੰਜਾਬ ਦਾ, ਰਾਜਨੀਤੀ ਦਾ ਵੀ ਗੜ ਰਿਹਾ ਹੈ। ਬਹੁਤ ਵੱਡੇ ਵੱਡੇ ਲੀਡਰ ਸਾਡੇ ਜਲੰਧਰ ਨੇ ਪੈਦਾ ਕੀਤੇ ਆ, ਚਾਹੇ ਉਹ ਅਕਰੋਸ ਦੀ ਪਾਰਟੀ, ਚਾਹੇ ਕਾਂਗਰਸ ਦੇ ਹੋਵੇ, ਚਾਹੇ ਅਕਾਲੀ ਦਲ ਦੇ ਹੋਣ, ਚਾਹੇ BJP ਦੇ ਹੋਣ। ਲੇਕਿਨ ਕੁਛ ਸਾਲਾਂ ਤੋਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਵਿੱਚ ਉਹ ਮਿਆਰ ਜਿਹੜਾ ਮੈਂ ਸਮਝਦਾ ਰਾਜਨੀਤੀ ਦਾ, ਲੀਡਰਸ਼ਿਪ ਦਾ, ਉਹ ਆ ਨਹੀਂ ਰਿਹਾ। ਮੈਂ ਉਹੀ ਕਹਿ ਰਿਹਾ ਨਾ ਕਿ ਇਸ ਵੇਲੇ ਵੀ, ਕਿਉਂਕਿ ਜਦੋਂ ਤੋਂ ਢਾਹ ਲੱਗਣੀ ਸ਼ੁਰੂ ਹੋਈ ਹੈ ਔਰ ਇਹਦੇ ਵਿੱਚ ਜਿਹੜੇ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਹੈ ਉਹਨਾਂ ਦਾ ਵੀ ਮੈਂ ਸਮਝਦਾ ਇੱਕ ਕਸੂਰ ਹੈ, ਕਿਉਂਕਿ ਉਹ ਆਪਣੇ ਜਿਹੜੇ ਉਹਨਾਂ ਦੇ ਟ੍ਰਾਈਡ ਐਂਡ ਟੈਸਟਡ ਬੰਦੇ ਆ ਉਹਨਾਂ ਤੋਂ ਪਿੱਛੇ ਹਟ ਰਹੇ ਨੇ। ਔਰ ਜਲੰਧਰ ਕਿਉਂਕਿ ਇੱਕ ਇਤਿਹਾਸਿਕ ਸ਼ਹਿਰ ਹੈ, ਇਹਦੇ ਲਈ ਬਹੁਤ ਸਾਰੀਆਂ ਸਮੱਸਿਆਵਾਂ ਇੱਥੇ ਹੈਗੀਆਂ। ਦੇਖੋ, ਪਿਛਲੀ ਸਰਕਾਰਾਂ ਨੇ, ਈਵਨ BJP ਗੌਰਮੈਂਟ ਕਲੇਮ ਕਰ ਰਹੀ ਹੈ ਕਿ ਅਸੀਂ ਜਲੰਧਰ ਨੂੰ ਸਮਾਰਟ ਸਿਟੀ 'ਚ ਲੈ ਆਉਂਦਾ, ਤੁਸੀਂ ਜਲੰਧਰ ਨੂੰ ਦੇਖ ਸਕਦੇ ਹੋ ਕਿੱਥੇ ਉਹਦੀ ਸਮਾਰਟਨੈਸ ਹੈ। ਇਸ ਕਰਕੇ ਬਹੁਤ ਸਾਰੇ ਮੁੱਦੇ ਨੇ, ਲੋਅ ਐਂਡ ਆਰਡਰ ਦੀ ਪ੍ਰੋਬਲਮ ਹੈ, ਅੱਛਾ ਇੱਥੇ ਸਾਡੀ ਮੈਡੀਕਲ ਜਿਹੜੀ ਕੋਈ ਇੱਦਾਂ ਦੀ ਕੋਈ ਸੰਸਥਾ ਨਹੀਂ ਹੈ। ਮੈਂ ਖੁਦ ਭੁਗਤਿਆ ਕਿ ਮੈਂ ਸਮਝਦਾ ਕਿ ਇਸ ਵੇਲੇ ਜੇ ਜਲੰਧਰ ਨੂੰ ਇੱਕ ਅੱਛੇ AIIMS ਨੁਮਾ ਜਾਂ PGI ਨੁਮਾ ਕੋਈ ਮੈਡੀਕਲ ਫੈਸਿਲਿਟੀ ਜਿਹੜੀ ਇੱਥੇ ਹੋਣੀ ਚਾਹੀਦੀ ਹੈ, ਤਾਂ ਕਿ ਲੋਕ ਜਿਹੜੇ ਨੇ ਉਹ ਆਪਣਾ ਇਲਾਜ ਜਿਹੜਾ ਹੈ ਵਧੀਆ ਤਰੀਕੇ ਦੇ ਨਾਲ ਕਰਾ ਸਕਣ। KP ਸਾਹਿਬ, ਇੱਕ ਵਿਰੋਧੀ ਧਿਰ ਗੱਲ ਆਖ ਰਹੇ ਨੇ ਕਿ KP ਤਾਂ ਹੁਣ ਚੱਲ ਚੁੱਕਿਆ, ਕਾਰਤੂਸ ਹੈ, ਬਹੁਤ ਦੇਰ ਜਿਹੜਾ ਕਿ ਕਿਤੇ ਦਿਸੇ ਵੀ ਨਹੀਂ, ਸੱਤਾ 'ਚ ਵੀ ਨੇ। KP ਸਾਹਿਬ ਕਿਵੇਂ ਵੇਖਦੇ ਨੇ ਅਤੇ ਕਿਵੇਂ ਦੀ ਤਿਆਰੀ ਜਿਹੜੀ ਲੈ ਕੇ ਨੇ ਉਹ ਚੋਣ ਮੈਦਾਨ 'ਚ? ਨਹੀਂ, 10 ਸਾਲ ਤਾਂ ਕਾਂਗਰਸ ਪਾਰਟੀ ਨੇ ਮੈਨੂੰ ਆਪ ਹੀ ਦੂਰ ਰੱਖਿਆ, ਅਤੇ ਜੇ ਮੈਂ ਆਪਣੇ ਤੌਰ ਦੇ ਉੱਤੇ ਆਪਣੇ ਰਿਸ਼ਤਿਆਂ ਦੇ ਜਿਹੜੇ ਸਾਡੇ ਲੋਕਾਂ ਦੇ ਨਾਲ ਆ ਉਹਨਾਂ ਦੇ ਤੌਰ 'ਤੇ ਮੈਂ ਵਿਚਰਦਾ ਰਿਹਾ। ਹਾਲਾਂਕਿ ਇਹ ਗੱਲ ਜ਼ਰੂਰ ਗੱਲ ਆਖੀ ਜਾਂਦੀ ਕਿ ਪੱਕੀ ਵੋਟ KP ਸਾਹਿਬ ਦੀ ਹਰੇਕ ਹਲਕੇ ਦੇ ਵਿੱਚ। ਫਿਰ ਦੇਖੋ ਨਾ, ਇਹ ਇਸੇ ਕਰਕੇ ਹੁੰਦੀ ਹੈ ਕਿ ਤੁਸੀਂ ਉਹਨਾਂ ਨਾਲ ਲੋਕਾਂ ਨਾਲ ਸੰਬੰਧ ਬਣਾਉਂਦੇ ਆ, ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਮੁਹੱਲਿਆਂ ਦੇ ਵਿੱਚ, ਜਿੱਥੇ ਮੇਰੀ ਪਹਿਚਾਣ ਹੈ, ਮੈਂ ਉਹਨਾਂ ਲੋਕਾਂ ਕੋਲ ਜਾਣਾ ਹੈ। ਮੈਂ ਤਾਂ ਉਹਨਾਂ ਨੂੰ ਕਹਿਣਾ ਜੀ, ਮੇਰੇ ਨਾਲ ਧੱਕਾ ਹੋਇਆ, ਤੁਸੀਂ ਮੇਰਾ ਭਰਾ ਹੋ, ਮੈਨੂੰ ਵੋਟ ਪਾਓ,
ਤੇ ਇਹ ਫੈਸਲਾ ਤਾਂ ਲੋਕ ਆਪੇ ਹੀ ਕਰ ਦੇਣਗੇ। ਪਿੰਨ ਪੁਆਇੰਟ ਤੇ ਕਾਂਗਰਸ ਰਹਿਣ ਵਾਲੀ ਹੈ ਕਿ ਬੀਜੇਪੀ ਰਹਿਣ ਵਾਲੀ ਕਿ ਆਪ ਰਹਿਣ ਵਾਲੀ? ਨਹੀਂ ਦੇਖੋ, ਇਹ ਮੈਂ ਕਿਸੇ ਵਿਅਕਤੀ ਵਿਸ਼ੇਸ਼ ਤੇ ਨਹੀਂ ਕੋਈ ਗੱਲ ਕਰਨੀ। ਮੇਰੇ ਪਾਰਟੀ ਦੇਖੋ ਨੈਸ਼ਨਲ, ਕਿਉਂਕਿ ਇਲੈਕਸ਼ਨ ਜਿਹੜਾ ਆ ਲੋਕ ਸਭਾ ਦਾ ਹੋ ਰਿਹਾ, ਲੋਕ ਸਭਾ 10 ਸਾਲ ਹੋ ਗਏ ਸਰਕਾਰ ਬਣੀ ਨੂੰ, ਬੀਜੇਪੀ ਦੀ ਨੂੰ। ਪਿੰਨ ਪੁਆਇੰਟ ਉਹੀ ਹੋਏਗਾ ਜਿਹੜੇ ਉਹਨਾਂ ਨੇ ਲੋਕਾਂ ਨਾਲ ਵਾਅਦੇ ਕੀਤੇ ਸੀ। 15-15 ਲੱਖ ਰੁਪਇਆ ਤੁਹਾਡੇ ਖਾਤੇ ਦੇ ਵਿੱਚ ਆ ਜਾਏਗਾ, ਕੋਈ ਖਾਤਾ ਕਿਸੇ ਦਾ ਨਹੀਂ ਆਇਆ, ਬਾਅਦ 'ਚ ਕਹਿਤਾ ਜੁਮਲਾ ਆ। ਪੰਜਾਬ ਸਰਕਾਰ ਨੇ ਕਹਿਤਾ 1,000 ਰੁਪਈਆ ਅਸੀਂ ਲੇਡੀਜ਼ ਨੂੰ ਜਿਹੜੀਆਂ ਉਹ ਦੇਵਾਂਗੇ, ਕਿਸੇ ਨੂੰ ਕੋਈ ਮਿਲ ਨਹੀਂ ਰਿਹਾ। ਪੰਜਾਬ ਦੇ ਵਿੱਚ ਜਿਹੜੇ ਨੌਜਵਾਨ ਹੈ ਜਿਹਨਾਂ ਨੂੰ ਇਹ ਕਹਿੰਦੇ ਸੀ ਵੀ ਅਸੀਂ ਨਸ਼ਾ ਕੰਟਰੋਲ ਕਰ ਲੈਣਾ, ਅੱਜ ਤੁਸੀਂ ਆਪ ਦੇਖੋ ਕਿੱਥੇ ਨਸ਼ਾ ਕੰਟਰੋਲ ਹੋਗਾ। ਇਸ ਕਰਕੇ ਲੋਕ ਜਿਹੜੇ ਬਾਹਰ ਜਾ ਰਹੇ ਨੇ, ਪੰਜਾਬ ਖਾਲੀ ਹੋ ਰਿਹਾ, ਪੰਜਾਬ ਦੇ ਵਿੱਚ ਪ੍ਰਵਾਸੀ ਲੋਕ ਆ ਰਹੇ ਨੇ, ਪੰਜਾਬੀ ਲੋਕ ਕੈਨੇਡਾ ਔਰ ਅਮਰੀਕਾ ਜਾਈ ਜਾ ਰਹੇ। ਲੋਕਾਂ ਨੇ, ਅਕਾਲ ਪੁਰਖ ਨੇ ਲੋਕਾਂ ਨੂੰ ਸਮੱਤ ਬਖਸ਼ਣੀ ਹੈ, ਲੋਕਾਂ ਨੇ ਵੋਟ ਪਾਉਣੀ ਹੈ। ਮਾਰੇ ਭਲਾ ਕਰੇ ਸਾਡੇ ਨਾਲ ਚਰਨਜੀਤ ਸਿੰਘ ਚੰਨੀ ਹੋਰੀ ਮੌਜੂਦ। ਚੰਨੀ ਸਾਹਿਬ, ਤਿਆਰੀ ਕਿਵੇਂ ਦੀ ਚੱਲ ਰਹੀ ਹੈ? ਲੋਕਾਂ ਦਾ ਹਜੂਮ ਇੱਥੇ ਠਾਠਾ ਮਾਰਦਾ, ਇਕੱਠ ਕੀਤਾ ਤਿਆਰੀ? ਦੇਖੋ, ਬਹੁਤ ਲੋਕ ਉਮੜ ਉਮੜ ਕੇ ਸਾਡੇ ਨਾਲ ਜੁੜ ਰਹੇ, ਔਰ ਜਿੱਥੇ ਵੀ ਮੈਂ ਜਾਂਦਾ ਬਹੁਤ ਵੱਡੀ ਭੀੜ ਹੋ ਜਾਂਦੀ ਹੈ, ਔਰ ਲੋਕ ਆਹ ਦੇਖੋ ਇੱਧਰ ਨੂੰ ਦੇਖੋ ਜਰਾ ਕਿਵੇਂ ਸੈਲਫੀਆਂ ਲੈ ਰਹੇ। ਸੋ ਇਹ ਪਿਆਰ ਹੈ ਨੌਜਵਾਨਾਂ ਦਾ, ਔਰ ਮੈਂ ਇੱਥੇ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਕਿ ਦੁਆਬੇ ਵਿੱਚ ਮੈਂ ਘੁੰਮ ਕੇ ਦੇਖਿਆ ਜਲੰਧਰ ਏਰੀਏ 'ਚ NRI ਭਰਾਵਾਂ ਦੀ ਬਹੁਤ ਬੜੀ ਕੰਟਰੀਬਿਊਸ਼ਨ ਹੈ ਇੱਥੇ ਦੀ ਡਿਵੈਲਪਮੈਂਟ ਵਾਸਤੇ। ਪਿੰਡਾਂ ਦੇ ਵਿੱਚ ਉਹਨਾਂ ਨੇ ਬਹੁਤ ਡਿਵੈਲਪਮੈਂਟ ਕਰਾਈ ਹੈ, ਇਸ ਕਰਕੇ ਮੈਂ NRI ਭਰਾਵਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਜੋ ਮੈਂ ਇੱਥੇ ਆ ਕੇ ਦੇਖਿਆ ਉਹ ਤੁਹਾਡੀ ਕੰਟਰੀਬਿਊਸ਼ਨ ਹੈ। ਮੈਂ NRI ਦਾ ਨੁਮਾਇੰਦਾ ਬਣ ਕੇ ਇੱਥੇ ਕੰਮ ਕਰਾਂਗਾ। ਇਨਫਰਾਸਟ੍ਰਕਚਰ ਨੂੰ ਪਹਿਲ ਦਿੱਤੀ ਜਾ ਰਹੀ, ਵਿਰੋਧੀ ਧਿਰ ਵੀ ਇਹ ਗੱਲ ਕਹਿ ਰਹੇ ਨੇ ਕਿ ਇਨਫਰਾਸਟ੍ਰਕਚਰ ਤੋਂ ਬਹੁਤ ਪਿੱਛੇ ਰਿਹਾ ਵੈ। ਰਿੰਕੂ ਹੋਰਾਂ ਦਾ ਵੀ ਇਹੀ ਮਿਲਾਣਾ, ਕਹਿੰਦੇ ਮੈਂ ਪਲਾਨ ਬਣਾ ਲਿਆ, ਟੀਨੂ ਸਾਹਿਬ ਕਹਿੰਦੇ ਨੇ ਕਿ ਇਨਫਰਾਸਟ੍ਰਕਚਰ ਨੂੰ ਵੋਟਾਂ ਪੈਣਗੀਆਂ, ਚਿਹਰੇ ਨੂੰ ਨਹੀਂ ਪੈਣਗੀਆਂ। ਇਨਫਰਾਸਟ੍ਰਕਚਰ ਹੈ ਜਿਹੜਾ ਉਹ ਇਹਨਾਂ ਕਰਕੇ ਤਿਆਰ ਨਹੀਂ ਹੋਇਆ। ਟੀਨੂ ਇੱਥੇ 10 ਸਾਲ MLA ਰਿਹਾ, 10 ਸਾਲ ਅਕਾਲੀ ਦਲ ਦੀ ਸਰਕਾਰ ਰਹੀ, ਕੋਈ ਇੱਕ ਕੰਮ ਗਣਾ ਕੇ ਦਿਖਾਵੇ ਜਿਹੜਾ ਉਹਨੇ ਕੀਤਾ। ਰਿੰਕੂ 10 ਮਹੀਨੇ ਹੁਣ MP ਰਹਿ ਕੇ ਹਟਿਆ, ਕਿਆ ਲੈ ਕੇ ਆਇਆ, ਕਿਆ ਕੰਮ ਕਰਿਆ? ਇਹਦੀ ਸਰਕਾਰ ਪੰਜਾਬ ਦੇ ਵਿੱਚ ਹੈਗੀ ਸੀ, ਕਿਹੜਾ ਕੰਮ ਇਹਨੇ ਕਰਿਆ ਕੁਝ ਦੱਸੇ। ਲੇਕਿਨ ਮੈਂ 3 ਮਹੀਨੇ ਮੁੱਖ ਮੰਤਰੀ ਰਿਹਾ, ਮੇਰੇ ਪਾਸ ਦੱਸਣ ਨੂੰ ਬਹੁਤ ਕੁਛ ਹੈ ਕਿ ਮੈਂ ਦੁਆਬੇ ਦਾ ਕੀ ਕੀਤਾ। ਪੰਜਾਬ ਨੂੰ ਜਾਣਦੇ ਹੋ, 13-0 ਦਾ ਜਿਹੜਾ ਸਲੋਗਨ ਭਗਵੰਤ ਮਾਨ ਹੋਰਾਂ ਦਾ, ਉਹਨੂੰ ਕਿਵੇਂ ਵੇਖਦੇ? 13-0 ਹੀ ਹੋਏਗਾ, ਲੇਕਿਨ 0 ਆਮ ਆਦਮੀ ਪਾਰਟੀ ਦੀ ਹੋਏਗੀ, 13 ਕਾਂਗਰਸ ਦੇ ਹੋਏਗੀ। ਇਸ ਵਕਤ ਮੇਰੇ ਨਾਲ BJP ਤੋਂ ਉਮੀਦਵਾਰ ਸੁਸ਼ੀਲ ਰਿੰਕੂ ਮੌਜੂਦ ਨੇ। ਰਿੰਕੂ ਸਾਹਿਬ, ਤਿਆਰੀ ਕਿਵੇਂ ਦੀ ਚੱਲਦੀ ਪਈ ਹੈ ਗਰਾਊਂਡ ਲੈਵਲ 'ਤੇ? ਕੀ ਦੇਖੋ, ਪੂਰੀ ਤਿਆਰੀ ਹੈ ਸਾਡਾ ਜਿਹੜਾ ਸੰਗਠਨ ਹੈ, ਇਹ ਬੂਥ ਲੈਵਲ ਤੱਕ ਜਿਹੜੀਆਂ ਸਾਡੀਆਂ ਕਮੇਟੀਆਂ ਬਣੀਆਂ, ਔਰ ਇਹਦੇ ਨਾਲ ਨਾਲ ਜਿਹੜੇ ਸਾਡੇ ਸਾਰੇ ਯੂਥ ਦੇ, SC ਦੇ, BC ਦੇ, ਕਿਸਾਨ ਵਿੰਗ ਦੇ ਜਿੰਨੇ ਮੋਰਚੇ ਆ, ਸਾਰੇ ਪੂਰੇ ਜਿਹੜੇ ਆ ਮੰਡਲ ਲੈਵਲ ਤੱਕ ਜਿਹੜੇ ਤਿਆਰ ਹੈ, ਸ਼ਕਤੀ ਕੇਂਦਰ ਹੈ ਜਿਹੜੇ ਸਾਰੇ ਜਿਹੜੇ ਬਣ ਚੁੱਕੇ ਆ, ਔਰ ਅਸੀਂ ਪੂਰੀ ਤਿਆਰੀ ਦੇ ਵਿੱਚ ਆ ਜਿਹੜਾ ਚੋਣ ਮੈਦਾਨ ਦੇ ਵਿੱਚ ਉਤਰਨ ਜਾ ਰਹੇ ਹਾਂ। ਸਾਬਕਾ MP ਦੇ ਬਤੌਰ 'ਤੇ ਆਪਣੇ ਕੰਮ ਜਨਤਾ 'ਚ ਲੈ ਕੇ ਜਾਓਗੇ, ਜਾਂ ਕਾਂਗਰਸ ਦਾ ਜੋ ਸਮੇਂ ਰਿਹਾ 10 ਈਅਰ ਰਿਹਾ ਉਹਨਾਂ ਦਾ ਤਕਰੀਬਨ 4 ਸਾਲ ਦਾ, ਉਹਨੂੰ ਲੈ ਕੇ ਜਾਓ? ਕਿਉਂਕਿ ਲੋਕਾਂ 'ਚ ਬੜੀ ਚਿੱਤੀ ਦੀ ਸਥਿਤੀ ਹੈ ਕਿ ਰਿੰਕੂ ਮੁੱਦੇ ਇਸ ਵੇਲੇ ਕਿਹੜੇ ਚੱਕਣਗੇ? ਦੇਖੋ, ਸਾਨੂੰ ਵੱਡੀ ਗੱਲ ਹੁੰਦੀ ਹੈ ਕਿ ਇੱਕ ਕੈਂਡੀਡੇਟ ਦਾ ਲੋਕਾਂ ਦੇ ਪ੍ਰਤੀ ਉਹਦਾ ਮੇਲਜੋਲ ਕਿਹੋ ਜਿਹਾ, ਬਿਤਾਇਆ ਹੋਇਆ ਸਮਾਂ ਜਿਹੜਾ ਪਬਲਿਕ ਦੇ ਵਿੱਚ ਉਹ ਕਿਸ ਤਰ੍ਹਾਂ ਦਾ ਰਿਹਾ, ਇਹ ਬਹੁਤ ਪਾਰਟੀ ਦੇ ਨਾਲ ਨਾਲ ਇਹ ਵੀ ਬਹੁਤ ਮੈਟਰ ਕਰਦਾ। ਔਰ ਮੈਂ ਪਿਛਲੇ ਲੰਬੇ ਸਮੇਂ ਤੋਂ ਜਲੰਧਰ ਦੀ ਸੇਵਾ ਕਰ ਰਿਹਾ, ਔਰ ਜਿੱਥੇ ਸ਼ਹਿਰਾਂ ਦੇ ਵਿੱਚ ਉੱਥੇ ਹੁਣ ਨਾਲ ਰੂਰਲ ਏਰੀਆ ਦੇ ਵਿੱਚ ਵੀ ਮੈਨੂੰ 10 ਮਹੀਨੇ ਕੰਮ ਕਰਨ ਦਾ ਮੌਕਾ ਮਿਲਿਆ, ਜਿੱਥੇ ਬੜੀ ਚੰਗੀ ਸਾਂਝ ਹੈ ਜਿਹੜੀ ਰੂਰਲ ਏਰੀਆ ਦੇ ਵਿੱਚ ਵੀ ਲੋਕਾਂ ਦੇ ਨਾਲ ਬਣੀ ਆ। ਸੋ ਬਹੁਤ ਸਾਰੇ ਲੋਕ ਹੈ ਜਿਹੜੇ ਆਮ ਆਦਮੀ ਪਾਰਟੀ ਦੇ ਵੀ ਜਿਹੜੇ ਆ, ਜਾਂ ਦੂਸਰੀਆਂ ਪਾਰਟੀਆਂ ਦੇ ਵੀ ਹੈ, ਜਿਹੜੇ ਮੈਨੂੰ ਸਪੋਰਟ ਕਰ ਰਹੇ ਆ। ਔਰ ਜਿੱਥੇ ਪ੍ਰਧਾਨ ਮੰਤਰੀ ਸਾਹਿਬ ਦਾ ਜਿਹੜਾ ਇਸ ਵੇਲੇ ਜੋ ਰੁਤਬਾ ਬਣਿਆ ਉਹਦਾ ਲਾਭ ਮਿਲੇਗਾ, ਉਹਦੇ ਨਾਲ ਨਾਲ ਮੇਰੇ ਪਰਸਨਲ ਰਿਲੇਸ਼ਨ ਆ ਉਹ ਵੀ ਨਾਲ ਨਾਲ ਕੰਮ ਕਰਨਗੇ, ਔਰ ਅਸੀਂ
ਜਲੰਧਰ ਦੇ ਲਈ, ਜਲੰਧਰ ਨੂੰ ਇੱਕ ਬਿਹਤਰ ਸ਼ਹਿਰ ਔਰ ਰੂਰਲ ਏਰੀਏ ਨੂੰ ਚੰਗੀ ਕਨੈਕਟੀਵਿਟੀ ਦੇ ਲਈ ਜਿਹੜੇ ਲਗਾਤਾਰ ਕੰਮ ਕਰਾਂਗੇ। ਵਿਰੋਧੀਆਂ ਨੂੰ ਕੀ ਸੰਦੇਸ਼ ਦੇ ਰਹੇ ਹੋ ਅਤੇ ਮਾਰਜਨ ਵੀ ਦੱਸ ਜਿਓ, ਕਿੰਨੇ ਦੇ ਮਾਰਜਨ ਦੇ ਨਾਲ ਜਿੱਤਣ ਦਾ ਦਾਅਵਾ ਕਰ? ਦੇਖੋ, ਇਹ ਕੋਈ ਚੀਜ਼ਾਂ, ਇਹ ਭਵਿੱਖਬਾਣੀ ਨਹੀਂ ਅਸੀਂ ਕਰ ਸਕਦੇ ਕਿ ਕਿੰਨੇ ਮਾਰਜਨ ਕੀ ਨਿਕਲਦਾ, ਨਾ ਹੀ ਮੇਰੀ ਕਿਸੇ ਤਰ੍ਹਾਂ ਦੀ ਨਸੀਹਤ ਆ ਵਿਰੋਧੀਆਂ ਨੂੰ। ਅਸੀਂ ਤਾਂ ਆਪਣਾ ਕੰਮ ਕਰਨਾ ਬੜੇ ਬੜੇ ਤਰੀਕੇ ਦੇ ਨਾਲ, ਮਰਿਆਦਾ ਦੇ ਵਿੱਚ ਰਹਿ ਕੇ, ਸਪੀਚਾਂ ਵੀ ਜਿਹੜੀਆਂ, ਇਲੈਕਸ਼ਨ ਦੀ ਚੋਣ ਮੁਹਿੰਮ ਹੈ ਜਿਹੜੀ, ਇਹ ਵੀ ਮਰਿਆਦਾ ਦੇ ਵਿੱਚ ਰਹਿ ਕੇ ਲੜਾਂਗੇ। ਔਰ ਜਿਹੜੇ ਵਾਅਦੇ ਆਪਣੇ ਹਲਕੇ ਦੇ ਲੋਕਾਂ ਨਾਲ ਮੈਂ ਕਰਾਂਗਾ, ਉਹ ਵਾਅਦੇ ਮੈਂ ਪੂਰੇ ਵੀ ਜ਼ਰੂਰ ਕਰਵਾਵਾਂਗਾ। ਜਲੰਧਰ ਤੋਂ ਸਾਲ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਟਿੰਨੂ ਇਸ ਵੇਲੇ ਸਾਡੇ ਨਾਲ ਨੇ। ਟਿੰਨੂ ਸਾਹਿਬ, ਤਿਆਰੀਆਂ ਕਿਵੇਂ ਦੀਆਂ ਚੱਲ ਰਹੀਆਂ? ਬਹੁਤ ਅੱਛੀਆਂ ਤਿਆਰੀਆਂ ਜੀ। ਜਲੰਧਰ ਲੋਕ ਸਭਾ ਤੋਂ ਲੋਕਾਂ ਦਾ ਬਹੁਤ ਸਾਥ ਮਿਲ ਰਿਹਾ, ਕਿਉਂਕਿ ਮੈਂ ਸਾਰੀ ਉਮਰ ਪੜ੍ਹਿਆ ਵੀ ਇੱਥੇ, ਖੇਡਿਆ ਵੀ ਇੱਥੇ, ਸੰਘਰਸ਼ ਵੀ ਇੱਥੇ ਕੀਤਾ, ਅਤੇ ਇਹ ਜਲੰਧਰ ਮੇਰਾ ਆਪਣਾ ਇਲਾਕਾ ਹੈ ਅਤੇ ਲੋਕ ਬਹੁਤ ਸਹਿਯੋਗ ਦੇ ਰਹੇ ਆ। ਸਰਕਾਰ ਦੇ ਕੰਮਾਂ ਨੂੰ ਗਾਂਹ ਲੈ ਕੇ ਜਾ ਰਹੇ ਹੋ ਜਾਂ ਜਿਹੜੀਆਂ ਨਾਕਾਮੀਆਂ ਚੱਲੀਆਂ ਨੇ ਪਿਛਲੇ ਲੰਮੇ ਸਮੇਂ ਤੋਂ ਉਹਨੂੰ, ਕਿਉਂਕਿ 10 ਮਹੀਨੇ ਪਹਿਲਾਂ ਜਿਸ ਸੰਸਦ ਨੇ ਆਮ ਆਦਮੀ ਪਾਰਟੀ ਦੇ ਕੰਮ ਕੀਤੇ, ਹੁਣ ਦੂਸਰੀ ਪਾਰਟੀ 'ਚ ਜਾ ਚੁੱਕੇ ਨੇ, ਕਿਵੇਂ ਵੇਖ ਰਹੇ ਹੋ ਇਸ ਚੀਜ਼ ਨੂੰ ਲੈ ਕੇ, ਸਥਿਤੀ ਕੀ ਬਣੀ? ਦੇਖੋ, ਕੰਮ ਤਾਂ ਕਦੀ ਵੀ ਪੂਰੇ ਨਹੀਂ ਹੁੰਦੇ, ਅਤੇ ਜਿਹੜੇ ਵਾਅਦੇ ਆਮ ਆਦਮੀ ਪਾਰਟੀ ਨੇ ਕੀਤੇ ਸੀ 2 ਸਾਲ 'ਚ, ਕਾਫੀ ਹੱਦ ਤੱਕ ਉਹ ਵਾਅਦੇ ਪੂਰੇ ਕਰ ਦਿੱਤੇ ਆ। 90% ਲੋਕਾਂ ਦਾ ਬਿਜਲੀ ਦਾ ਬਿੱਲ 0 ਆ ਰਿਹਾ, 40,000 ਨੌਕਰੀ ਦੇ ਦਿੱਤੀ, ਸੜਕਾਂ ਬਣ ਰਹੀਆਂ, ਆਮ ਆਦਮੀ ਕਲੀਨਿਕ 'ਚ ਲੋਕਾਂ ਨੂੰ ਦਵਾਈਆਂ ਮੁਫਤ ਮਿਲ ਰਹੀਆਂ। ਕਰਪਸ਼ਨ ਦਾ ਦੌਰ ਜਿਹੜਾ ਵੱਡੇ ਵੱਡੇ ਘਰਾਂ 'ਚੋਂ ਮਤਲਬ ਪਰਚੀਆਂ ਆਉਂਦੀਆਂ ਹੁੰਦੀਆਂ ਸੀ ਨੌਕਰੀ ਵਾਸਤੇ, ਅਤੇ ਉਹ ਕੰਮ ਬੰਦ ਹੋ ਗਿਆ। ਆਮ ਲੋਕਾਂ ਦੀ ਸੁਣਵਾਈ ਸ਼ੁਰੂ ਹੋ ਗਈ ਦਫ਼ਤਰਾਂ 'ਚ, ਅਤੇ ਇਸ ਕਰਕੇ ਜਿਹੜੇ ਕੰਮ ਰਹਿ ਗਏ ਆ ਉਹ ਵੀ ਜ਼ਰੂਰ ਹੋਣਗੇ, ਹਲੇ 3 ਸਾਲ ਪਏ ਆ। ਦੂਜਾ ਇਹ ਆ ਵੀ ਇਹ ਚੋਣ ਜਿਹੜੀ 2024 ਆ ਲੋਕ ਸਭਾ ਦੀ, ਇਹ ਦਿੱਲੀ 'ਚ ਬੈਠੇ ਤਾਨਾਸ਼ਾਹ ਦੇ ਫੈਸਲਿਆਂ ਦੇ ਖਿਲਾਫ ਲੋਕਾਂ ਨੇ ਫਤਵਾ ਦੇਣਾ ਪੰਜਾਬ ਦੇ ਲੋਕਾਂ ਨੇ। ਅੰਦਰ ਤੁਸੀਂ ਗੱਲ ਆਖੀ ਹੈ ਦਿੱਲੀ ਦੇ ਤਾਨਾਸ਼ਾਹ ਦੀ, ਅਤੇ ਪਾਰਟੀਆਂ ਦਾ ਵੀ ਜ਼ਿਕਰ ਹੁੰਦਾ, ਆਪ ਅਤੇ ਕਾਂਗਰਸ ਉੱਤੇ ਇਕੱਠੀਆਂ ਨੇ, ਪੰਜਾਬ 'ਚ ਕੀ ਸਥਿਤੀ? ਅਤੇ ਖਾਸ ਕਰਕੇ ਜਲੰਧਰ 'ਚ ਸਾਬਕਾ ਮੁੱਖ ਮੰਤਰੀ ਸਾਹਮਣੇ ਨੇ, ਬਿਆਨਬਾਜ਼ੀ ਵੀ ਚੱਲਦੀ ਪਈ, ਕੱਲ੍ਹ ਹੀ ਉਹਨਾਂ ਦਾ ਹਾਲੇ ਬਿਆਨ ਆਇਆ ਕਿ ਇੱਕ ਪਾਰਟੀਆਂ ਛੱਡ ਕੇ ਜਾਣ ਵਾਲੇ ਦਲ ਬਦਲਵਾਨਾ ਵਰਕਰਾਂ ਦਾ ਕੁੱਤਾ ਤੱਕਣੀ ਨਾਲ ਤੁਰਦਾ, ਕਿਵੇਂ ਵੇਖਦੇ ਪਏ ਹੋ ਕਿ ਸਿਆਸਤ ਦਾ ਜਿਹੜਾ ਇਹ ਮਿਆਰ, ਸ਼ਬਦਾਵਲੀ ਇਹੋ ਜਿਹੀ ਜਿਹੜੀ? ਦੇਖੋ, ਕਾਂਗਰਸ ਦੀ ਜਿੱਥੇ ਤੱਕ ਤੁਸੀਂ ਗੱਲ ਕੀਤੀ ਹੈ, ਦਿੱਲੀ 'ਚ ਜਾਂ ਬਾਹਰ ਸਿਰਫ ਬੀਜੇਪੀ ਨੂੰ ਮੁਕਾਬਲਾ ਦੇਣ ਲਈ ਦਿੱਲੀ ਵਗੈਰਾ 'ਚ ਸਮਝੌਤਾ ਹੈਗਾ ਆ, ਲੇਕਿਨ ਪੰਜਾਬ 'ਚ ਤਾਂ ਕਾਂਗਰਸ ਦਾ ਬਹੁਤ ਮੰਦਾ ਹਾਲ ਆ। ਉਹ ਸਾਰੇ ਹੀ ਤਾਂ ਟੁੱਟ ਭੱਜ ਹੋ ਗਈ ਕਾਂਗਰਸ 'ਚ, ਵੱਡੇ ਵੱਡੇ ਉਹਨਾਂ ਦੇ ਪੁਰਾਣੇ ਬੰਦੇ ਸਾਰੇ ਤਾਂ ਪਾਰਟੀ ਛੱਡ ਗਏ ਆ। ਇਸ ਕਰਕੇ ਜਦ ਪੰਜਾਬ 'ਚ ਕਾਂਗਰਸ ਹੈ ਹੀ ਨਹੀਂ ਸੀ, ਇੱਥੇ ਸਮਝੌਤਾ ਕਰਨ ਦਾ ਮਤਲਬ ਹੀ ਨਹੀਂ। 13 ਦੀਆਂ 13 ਸੀਟਾਂ ਆਮ ਆਦਮੀ ਪਾਰਟੀ ਭਗਵੰਤ ਸਿੰਘ ਮਾਨ ਦੀ ਅਗਵਾਈ 'ਚ ਇਕੱਲੀ ਜਿੱਤ ਰਹੀ ਹੈ, ਅਤੇ ਇੱਥੇ ਤਾਂ ਕੋਈ ਤੁੱਕ ਨਹੀਂ ਬਣਦੀ ਸੀ। ਸਾਬਕਾ ਜਿਹੜਾ ਇਹਨਾਂ ਦੇ ਸੰਸਦ ਦਾ ਵੀ ਟਿਕਟ ਦੇਣ ਦੇ ਬਾਵਜੂਦ ਵੀ ਛੱਡ ਕੇ ਜਾਣਾ, ਫਿਰ ਵੀ ਲੱਗਦਾ ਕਿ 13-0 'ਤੇ ਜਿਹੜਾ ਕਿ ਪਾਰਟੀ ਉਹ ਸੰਸਦ ਜੀ, ਮੈਨੂੰ ਤਾਂ ਬੜੀ ਸਮਝ ਨਹੀਂ ਆਉਂਦੀ ਵੀ ਉਹਨਾਂ ਨੂੰ ਲੋਕਾਂ ਨੇ ਹਾਲੇ ਸਾਲ ਪਹਿਲਾਂ ਬੜੀ ਮਿਹਨਤ ਕਰਕੇ ਉਹਨਾਂ ਨੂੰ ਸੰਸਦ ਬਣਾ ਤਾ, ਵਲੰਟੀਅਰਸ ਨੇ ਮਿਹਨਤ ਕਰਕੇ ਦਿਨ ਰਾਤ ਉਹਨਾਂ ਨੂੰ ਸੰਸਦ ਦੀਆਂ ਪੌੜੀਆਂ ਚੜ੍ਹਾ ਤਾ, ਪਰ ਉਹ ਚਲੇ ਕਿਉਂ ਗਏ? ਲੋਕਾਂ ਨੇ ਵਿਸ਼ਵਾਸ ਵਿਅਕਤ ਕੀਤਾ ਉਹਨਾਂ 'ਚ, ਉਹਨਾਂ ਨੂੰ ਜਿੱਤਿਆ ਹੋਇਆਂ ਨੂੰ ਜਾਣਾ ਕਈ ਸਵਾਲ ਪੈਦਾ ਕਰਦਾ ਵੀ ਕਈ ਕਿਤੇ ਕੋਈ ਲਾਲਚ ਤਾਂ ਨਹੀਂ। ਲੋਕਤੰਤਰ ਦਾ ਵੱਡਾ ਤਿਉਹਾਰ ਹੈ, ਲੱਗਦਾ ਕਿ ਲੋਕਾਂ ਦਾ ਵਿਸ਼ਵਾਸ ਜਿੱਤ ਪਾਣਗੇ? ਪੰਜਾਬ ਦੇ ਲੋਕਾਂ ਨੂੰ ਵਿਕਾਸ ਚਾਹੀਦਾ, ਕੰਮ ਚਾਹੀਦੇ ਆ, ਅਤੇ ਉਹ ਸਰਕਾਰ ਕਰ ਰਹੀ ਆ,
ਨਵੀਂ ਪਾਰਟੀ ਆ। ਦੂਜੀ ਗੱਲ, ਨਰਿੰਦਰ ਮੋਦੀ ਜੀ ਆਮ ਆਦਮੀ ਪਾਰਟੀ 'ਤੇ ਪ੍ਰਹਾਰ ਕਰ ਰਹੇ ਆ, ਜ਼ੁਲਮ ਕਰ ਰਹੇ ਆ। ਸੋ ਪੰਜਾਬੀ ਕਦੀ ਜ਼ੁਲਮ ਦੇ ਅੱਗੇ ਨਹੀਂ ਗੋਡੇ ਟੇਕਦੇ ਅਤੇ ਜ਼ੁਲਮ ਦੇ ਅੱਗੇ ਖੜ੍ਹਦੇ ਆ ਹਮੇਸ਼ਾ ਪੰਜਾਬੀ। ਸੋ ਐਤਕੀ ਵੀ ਤੁਸੀਂ ਦੇਖਿਓ 1 ਜੂਨ ਨੂੰ ਪੰਜਾਬੀਆਂ ਨੇ ਮੂੰਹ ਤੋੜਵਾਂ ਜਵਾਬ ਕੇਂਦਰ ਦੀ ਸਰਕਾਰ ਨੂੰ ਦੇਣਾ ਅਤੇ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਲੋਕ ਸਭਾ 'ਚ ਭੇਜਣਾ। ਰਿਪੋਰਟ ਤੁਹਾਨੂੰ ਦਿਖਾਈ ਹੈ ਲੋਕ ਸਭਾ 2024 ਦੀਆਂ ਚੋਣਾਂ ਦੀ, ਜਲੰਧਰ ਸੀਟ ਦੀ। ਲੋਕਾਂ ਦੇ ਕੀ ਨੇ ਵਿਚਾਰ, ਕੀ ਨੇ ਮੁੱਦੇ, ਕਿਹੜੇ ਮੁੱਦਿਆਂ ਨੂੰ ਲੈ ਕੇ ਲੋਕ ਵੋਟ ਪਾਉਣਾ ਚਾਹੁੰਦੇ ਨੇ ਅਤੇ ਇਸ ਵਕਤ ਮੌਜੂਦਾ ਸਮੇਂ ਦੇ ਵਿੱਚ ਲੋਕਾਂ ਦੀਆਂ ਕੀ ਉਮੀਦਾਂ ਨੇ, ਖਾਸ ਕਰਕੇ ਦਲ ਬਦਲੀਆਂ ਦੇ ਦੌਰ ਦੇ ਵਿੱਚ ਲੋਕਾਂ ਦੇ ਕੀ ਵਿਚਾਰ ਨਿਕਲ ਕੇ ਸਾਹਮਣੇ ਆਏ ਨੇ, ਇਹ ਤੁਸੀਂ ਸੁਣਿਆ ਵੀ। ਦੂਜੇ ਪਾਸੇ 5 ਪਾਰਟੀਆਂ, ਸ਼੍ਰੋਮਣੀ ਅਕਾਲੀ ਦਲ ਦੇ ਮਹਿੰਦਰ ਸਿੰਘ ਕੇਪੀ, ਕਾਂਗਰਸ ਤੋਂ ਚਰਨਜੀਤ ਸਿੰਘ ਚੰਨੀ, ਆਮ ਆਦਮੀ ਪਾਰਟੀ ਦੇ ਪਵਨ ਟੀਨੂ ਹੋਰੀ ਅਤੇ ਬੀਜੇਪੀ ਦੇ ਸੁਸ਼ੀਲ ਕੁਮਾਰ ਰਿੰਕੂ ਨੇ ਵੀ ਗੱਲਬਾਤ ਕਰਦਿਆਂ ਆਪਣੇ ਚੁਣਾਵੀ ਮੁੱਦੇ ਦੱਸੇ ਨੇ, ਇਨਫਰਾਸਟ੍ਰਕਚਰ ਦੀਆਂ ਗੱਲਾਂ ਹੋਈਆਂ ਨੇ। ਲੇਕਿਨ ਜਲੰਧਰ ਦੇ 9 ਹਲਕਿਆਂ ਦੇ 16,42,000 ਉਹ ਵੋਟਰ ਕੀ ਫਤਵਾ ਦਿੰਦੇ ਨੇ, ਹੁਣ ਵੇਖਣਾ ਹੋਏਗਾ ਕਿ ਇਹ ਸਾਰੀਆਂ ਰਿਪੋਰਟਾਂ ਨੂੰ ਲੈ ਕੇ ਜੋ ਇਸ ਵੇਲੇ ਮੁੱਦੇ ਬਣੇ ਹੋਏ ਨੇ, ਅਗਲੇ ਕੁਛ ਦਿਨ ਕਿਸ ਤਰੀਕੇ ਦੇ ਨਾਲ ਪ੍ਰਚਾਰ ਹੁੰਦਾ ਅਤੇ ਲੋਕਾਂ ਦੀ ਨਬਜ਼ ਕਿਸ ਤਰੀਕੇ ਨਾਲ ਬਦਲਦੀ ਹੈ ਅਤੇ 1 ਤਰੀਕ ਨੂੰ ਲੋਕ ਕਿਸ ਪਾਰਟੀ ਦੇ ਕਿਸ ਉਮੀਦਵਾਰ ਨੂੰ ਫਤਵਾ ਦੇ ਕੇ 4 ਜੂਨ ਨੂੰ ਉਹ ਲੋਕ ਸਭਾ 'ਚ ਪਹੁੰਚਵਾਉਂਦੇ ਨੇ। ਕੈਮਰਾ ਪਰਸਨ ਜਗਰੂਪ ਦੇ ਨਾਲ ਪ੍ਰਮਿਤ ਸਿੰਘ, PTC ਨਿਊਜ਼, ਜਲੰਧਰ।